ਉਹ ਲੱਗਦਾ ਤੇਰਾ ਹੋ ਗਿਆ ਹੁਣ ਵਿਆਹ ਸੋਹਣੀਏ, ਮਿੱਟੀ ਦੇ ਵਿੱਚ ਰੁਲ ਗਏ ਮੇਰੇ ਚਾ ਸੋਹਣੀਏ, ਕਿੰਨਾ ਕਰਦਾ ਸੀ ਮੈਂ ਤੇਰਾ ਨਹੀਂ, ਤੂੰ ਭੁੱਲਦੀ ਜਾਵੇਂ ਮੇਰਾ ਨਾਂ ਸੋਹਣੀਏ, ਜਦੋਂ ਮਾੜਾ ਸਮਾਂ ਹੈ ਚੱਲਦਾ ਏ ਫਿਰ ਨਸੀਬ ਹੁੰਦੀ ਨਾ ਜਿਤਨੀ, ਹੁਣ ਸ਼ਹਿਰ ਤੇਰੇ ਦੀ ਬਸ ਮੇਰੇ ਅੱਡੇ ਤੋਂ ਲੰਘਦੀ ਐ ਵਿੱਚ ਤੂੰ ਨਹੀਂ ਦਿਸਦੀ। ਐਲ ਡੀ ਬਰਾੜ ਕਿੰਨੇ ਗਾਣੇ ਲਿਖ ਦਿੰਦਾ ਇੱਕ ਦਿਨ 'ਚ? ਕੋਈ ਕਈ ਵਾਰ 10 ਵੀ ਲਿਖੇ ਜਾਂਦੇ ਆ ਅਤੇ ਕਈ ਵਾਰ 20 ਲਿਖ ਲਈਦੇ ਆ ਇੱਕ ਦਿਨ 'ਚ, ਅਤੇ ਉਹਦਾ ਕਈ ਵਾਰ ਮੂਡ 'ਤੇ ਡਿਪੈਂਡ ਕਰਦਾ, ਜੇ ਥੋਟ ਮਿਲੀ ਜਾਣ ਤਾਂ ਦਿਨ 'ਚ 20 ਬਣਾ ਦੇਈਦੇ ਆ, ਨਹੀਂ ਤਾਂ ਕਈ ਕਈ ਵਾਰ ਮਹੀਨਾ ਮਹੀਨਾ ਗਾਣੇ ਨਹੀਂ ਬਣਦਾ। ਘੱਟ ਤੋਂ ਘੱਟ 8-10 ਹਜ਼ਾਰ ਗਾਣੇ ਲਿਖੇ ਹੋਣਗੇ ਕਾਪੀਆਂ 'ਤੇ। 10 ਹਜ਼ਾਰ? ਹਾਂਜੀ, 8-9 ਹਜ਼ਾਰ ਤਾਂ ਆਰਾਮ ਨਾਲ ਹੋਣਗੇ। ਹਾਂਜੀ ਹਾਂਜੀ, ਇਹ ਹੱਡ ਬੀਤੀ ਹੈ ਜੀ, ਪਿਛਲੇ ਸਾਲ ਦੀ ਹੈ ਜੀ, ਮੇਰੇ ਨਾਲ ਹੋਈ ਸੀਗੀ, ਕੋਈ ਬੈਸਟ ਫਰੈਂਡ ਸੀਗੀ, ਉਹ ਦਿਖਣੋਂ ਅੱਟ ਗਈ ਸੀ ਬੱਸ 'ਚ, ਪਿਆਰ ਹੀ ਸੀ ਇੱਕ ਤਰ੍ਹਾਂ ਦਾ ਆਪਣਾ। ਹਾਂਜੀ, ਫਿਰ ਉਹੀ ਆਪਾਂ ਜਿਹੜਾ ਆਪਣੇ ਨਾਲ ਬੀਤਿਆ ਆਪਾਂ ਉਹੀ ਲਿਖਿਆ। ਅਗਰ ਬਾਹਰ 'ਤੇ ਵੀ ਕੋਈ ਗਾਣਾ ਲਿਖਿਆ ਤੁਸੀਂ? ਹਾਂਜੀ ਹਾਂਜੀ, ਫਿਰ ਬਾਹਰ 'ਤੇ ਵੀ ਲਿਖਿਆ ਸੀਗਾ ਜੀ, ਉਹ ਤੁਹਾਨੂੰ ਸੁਣਾ ਦਿੰਦੇ ਹਾਂ ਜੀ। ਉਹ ਛੱਡ ਗਈ ਛੜਾ ਕੇ ਮੇਰਾ ਹੱਥ ਬਲੀਏ, ਲੈ ਕੇ ਤੁਰ ਗਈ ਤੂੰ ਬੈਂਡ ਸੱਤ ਬਲੀਏ, ਉਹ ਆਪ ਤਾਂ ਤੂੰ ਸਰੀ ਵਿੱਚ ਮੌਜਾਂ ਮਾਰਦੀ, ਉਹ ਖੇਤ ਵਿੱਚ ਰੁਲੀ ਜਾਂਦਾ ਜੱਟ ਬਲੀਏ, ਟਰੱਸਟ ਕਰਕੇ ਮੈਂ 25 ਲੱਖ ਲਾਇਆ ਸੀ, ਜ਼ਮੀਨ ਵੇਚ ਕੇ ਮੈਂ 25 ਲੱਖ ਲਾਇਆ ਸੀ, ਉਹਦੇ ਦਿਲ ਉੱਤੇ ਛਾਉਣ ਵਾਸਤੇ, ਉਹ ਕੱਚੇ ਕੋਠਿਆਂ ਵਾਲੇ ਹੀ ਯਾਦ ਕਿੱਥੇ ਕਰਦੀ, ਗਈ ਹੈ ਕਨੇਡਾ ਪੱਕੀ ਹੋਣ ਵਾਸਤੇ, ਕੱਚੇ ਕੋਠਿਆਂ ਵਾਲੇ ਹੀ ਯਾਦ ਕਿੱਥੇ ਕਰਦੀ, ਗਈ ਹੈ ਕਨੇਡਾ ਪੱਕੀ ਹੋਣ ਵਾਸਤੇ। ਅੱਜ ਬੈਸਟ ਫਰੈਂਡ ਨੇ ਬੁਲਾਇਆ ਸੀ ਮਿਲਣ ਲਈ, ਇਸੇ ਕਰਕੇ ਰੈਡੀ ਸ਼ੈਡੀ ਹੋ ਕੇ ਐਨਕਾਂ ਨੂੰ ਕੱਲਾ ਕੇ ਉਹਨੂੰ ਮਿਲਣ ਆਏ ਸੀਗੇ। ਅੱਜ ਬੈਸਟ ਫਰੈਂਡ ਕਿਹੜੀ ਹੈ? ਨਹੀਂ ਵੈਸੇ ਆ ਜਸਟ ਫਰੈਂਡ ਮੁੰਡਾ ਕਿ ਕੁੜੀ? ਨਹੀਂ ਕੁੜੀ ਹੈ ਜੀ। ਬਣੂਗਾ ਹੈ ਨਹੀਂ ਕੋਈ ਇਹੋ ਜਿਹਾ ਨਹੀਂ ਸੋਚਿਆ? ਨਹੀਂ ਨਹੀਂ, ਆਪਾਂ ਦੇ ਵੱਲੋਂ ਤਾਂ ਹੁੰਦਾ ਹੀ ਹੈ ਜੀ, ਪਰ ਅਗਲੇ ਵੱਲੋਂ ਹੁੰਦਾ ਨਹੀਂ ਹੈ ਜੀ, ਅਗਲੇ ਵੱਲੋਂ ਨਹੀਂ ਹੁੰਦਾ। ਹਾਂਜੀ ਹਾਂਜੀ, ਉਹ ਲੰਘਦਾ ਤੂੰ ਸਾਨੂੰ ਅੱਖਾਂ ਕਿਉਂ ਦਿਖਾ ਕੇ ਓਏ, ਭੇਜਾਂਗੇ ਤੈਨੂੰ ਅਸੀਂ ਮੋਰਹ ਬਣਾ ਕੇ ਓਏ, ਹਰੇਕ ਨਾਲ ਸਿੰਘ ਤੂੰ ਫਸਾਈ ਜਾਣਾ ਹੀ, ਰੱਖਿਆ ਨਹੀਂ ਤੈਨੂੰ ਫੈਮਿਲੀ ਨੇ ਸਮਝਾ ਕੇ ਓਏ, ਸਾਨੂੰ ਐਵੇਂ ਛੋਟਿਆ ਚੈਲੰਜ ਨਾ ਕਰੀ, ਸਾਨੂੰ ਐਵੇਂ ਛੋਟਿਆ ਚੈਲੰਜ ਨਾ ਕਰੀ, ਬੋੜਾਂ ਥੱਲੇ ਨਹੀਂ ਉਹ ਕਦੇ ਬੋੜੇ ਉੱਗਦੇ, ਸਾਡੇ ਨਾਲ ਵੈਰ ਨਾ ਤੂੰ ਪਾਲੀ ਛੋਟਿਆ, ਚੰਗੇ ਲੱਗਣੇ ਨਹੀਂ ਮਾਪੇ ਤੇਰੇ ਫੁੱਲ ਚੁਗਦੇ, ਸਾਡੇ ਨਾਲ ਵੈਰ ਨਾ ਤੂੰ ਪਾਲੀ ਛੋਟਿਆ, ਚੰਗੇ ਲੱਗਣੇ ਨਹੀਂ ਮਾਪੇ ਤੇਰੇ ਫੁੱਲ ਚੁਗਦੇ। 2022 ਦੀ ਗੱਲ ਆ, 2022 'ਚ ਮੈਂ ਕਿਸੇ ਨੂੰ ਭੇਜੇ ਸੀ ਗਾਣੇ, 3-4 ਭੇਜਦੇ ਸੀ ਬਿਨਾਂ ਸੋਚੇ, ਕਿਸੇ ਨੂੰ ਪੁੱਛਿਆ ਕੀਤਾ ਨਹੀਂ, ਉਵੇਂ ਭੇਜਦੇ, ਹਾਂ ਬਈ ਅੱਜ ਕਰਨੇ ਹਾਂ, ਕੱਲ੍ਹ ਕਰਦੇ ਹਾਂ, ਕਰੀ ਗਏ ਲਾਰੇ ਲਾਈ ਗਏ, ਠੀਕ ਹੈ ਜੀ। ਉਦੋਂ ਬਾਅਦ ਹੁਣ ਪਹਿਲਾਂ ਆਪਦੇ ਇੰਸਟਾਗ੍ਰਾਮ ਆਈ ਡੀ 'ਤੇ ਪਾਏ ਗਾਣੇ, ਉਦੋਂ ਬਾਅਦ ਡਿਲੀਟ ਕਰਤੇ ਬੰਦੇ ਨੇ। ਉਹ ਸਾਡੀ ਕਰਦੇ ਆ ਰੀਸ, ਸਾਡੇ ਇਹ ਬਰਾਬਰ ਨਹੀਂ ਹੋਣਾ, ਇਹ ਬੋਲਦੇ ਆ ਸਾਡਾ ਕੰਮ ਕਰਕੇ ਦਿਖਾਉਣਾ, ਅੱਜ ਉਹੀ ਰੱਸੀਆਂ ਫਾਹ ਬਣੀਆਂ, ਮੈਂ ਚੰਗੀ ਤਰ੍ਹਾਂ ਨਾਲ ਇਹ ਕਸੀਆਂ ਸੀ ਦੋਣਾ, ਦਾਨ ਤਾਂ ਬਥੇਰਾ ਇਹ ਕਰੀ ਜਾਂਦੇ ਆ, ਦਾਨ ਤਾਂ ਬਥੇਰਾ ਇਹ ਕਰੀ ਜਾਂਦੇ ਆ, ਇਮੇਜ ਸਾਡੇ ਜੀ ਇਹਨਾਂ ਤੋਂ ਬਣਾਈ ਨਹੀਂ ਜਾਂਦੀ, ਸਾਲੇ ਸਾਡੇ ਵਾਂਗੂ ਫਿਰਦੇ ਭਜਾਉਂਦੇ ਗੱਡੀਆਂ, CNG ਗੱਡੀ ਦੀ ਪਵਾਈ ਨਹੀਂ ਜਾਂਦੀ, ਸਾਲੇ ਸਾਡੇ ਵਾਂਗੂ ਫਿਰਦੇ ਭਜਾਉਂਦੇ ਗੱਡੀਆਂ, CNG ਗੱਡੀ ਦੀ ਪਵਾਈ ਨਹੀਂ ਜਾਂਦੀ। ਗਾਨੀ ਦਿੱਤੀ ਸੀ ਪਿਆਰਾਂ ਵਾਲੀ ਸੋਹਣੀਏ, ਗਾਨੀ ਦਿੱਤੀ ਸੀ ਪਿਆਰਾਂ ਵਾਲੀ ਸੋਹਣੀਏ, ਨੀ ਵੇਖੀ ਕਿਤੇ ਮੋੜ ਨਾ ਦਈ, ਉਹ ਕੱਚ ਦੇ ਆ ਦਿਲ ਸਾਡਾ ਸੋਹਣੀਏ, ਨੀ ਵੇਖੀ ਕਿਤੇ ਤੋੜ ਨਾ ਦਈ, ਉਹ ਕੱਚ ਦੇ ਆ ਦਿਲ ਸਾਡਾ ਸੋਹਣੀਏ, ਨੀ ਦੇਖੀ ਕਿਤੇ ਤੋੜ ਨਾ ਦਈ, ਉਹ ਮੰਨਦਿਆਂ ਤੈਨੂੰ ਜਿੰਦ ਜਾਣੇ ਆਪਣੀ, ਉਹ ਤੈਨੂੰ ਹੀ ਬਣਾਉਣਾ ਲਿਆ ਠਾਣ ਆਪਣੀ, ਹੋਰਾਂ ਵਾਂਗੂ ਟਾਈਮ ਪਾਸ ਕਰਦਾ ਨੀ ਮੁੰਡਾ, ਉਹ ਤੈਨੂੰ ਹੀ ਵਿਆਉਣਾ ਹਾਂ ਜ਼ੁਬਾਨੇ ਆਪਣੀ, ਜਦੋਂ ਨਾਲ ਹੁੰਦੇ ਗਿੱਲ ਤੇ ਸਰਾਨੀ, ਜਦੋਂ ਨਾਲ ਹੁੰਦੇ ਗਿੱਲ ਤੇ ਸਰਾਨੀ,
ਫਿਰ ਬਰਾੜ ਹੋਣੀ ਕਿੱਥੇ ਹਾਰ ਨਹੀਂ, ਤੂੰ ਕਾਹਦਾ ਮਿੱਤਰਾਂ ਤੋਂ ਫੁੱਲ ਫੜਿਆ, ਨੀ ਪੈ ਗਏ ਬੈਰੀਆਂ ਦੇ ਫੁੱਲ ਤਾਰ ਨਹੀਂ, ਤੂੰ ਕਾਹਦਾ ਮਿੱਤਰਾਂ ਤੋਂ ਫੁੱਲ ਫੜਿਆ, ਨੀ ਪੈ ਗਏ ਬੈਰੀਆਂ ਦੇ ਫੁੱਲ ਤਾਰ ਨਹੀਂ। ਸਾਰਾ ਦਿਨ ਲਿਖ ਲਿਖ ਹੇਕਾਂ ਲਾਈ ਜਾਂਦਾ, ਉਹ ਆਥਣੇ ਜੇ ਮੁੰਡਾ ਹਲਾਉਂਦਾ ਕੁੜੇ ਜਿਮ, ਗਰੁੱਪ ਗਿੱਦੜਾਂ ਦਾ ਰੀਸ ਕਿੱਥੇ ਕਰਦਾ, ਉਹ ਚਾਲ ਜਿਹੜੀ ਬਿਲੋ ਸ਼ੇਰ ਦੀ, ਹਿੱਕਾ ਲਾਲ ਕਰੇ ਹੈ ਨੀ ਕਾਨਪੁਰ ਦੀ, ਅੱਖ ਲਾਲ ਕਰੇ ਹੈ ਨੀ ਬੀਕਾਨੇਰ ਦੀ, ਹਿੱਕਾ ਲਾਲ ਕਰੇ ਹੈ ਨੀ ਕਾਨਪੁਰ ਦੀ, ਅੱਖ ਲਾਲ ਕਰੇ ਹੈ ਨੀ ਬੀਕਾਨੇਰ ਦੀ। ਇਹੋ ਜਿਹਾ ਸੋਚਦੇ ਹੋ ਕੁਛ, ਕਿਵੇਂ ਸੋਚਦੇ ਹੋ? ਹਾਂਜੀ ਹਾਂਜੀ, ਸੋਚ ਤਾਂ ਰਹੇ ਹਾਂ, ਬਸ ਕੋਈ ਬਾਂਹ ਫੜੇ ਤਾਂ ਸਹੀ, ਪਰ ਕੋਈ ਨਹੀਂ, ਇਸ ਐਂਡ ਦਾ ਮੈਨੂੰ ਲੱਗਾ ਆਪ ਹੀ ਕਰਨਾ ਪੈ ਰਿਹਾ। ਕਿੰਨਾ ਕਰਦੇ ਸੀ ਇੱਕ ਦੂਜੇ ਦਾ, ਹੁਣ ਫਰਕ ਪੈ ਗਿਆ, ਪਹਿਲਾਂ ਇਕੱਠੇ ਹੁੰਦੇ ਸੀ ਆਪਾਂ, ਹੁਣ ਮੈਂ ਇਕੱਲਾ ਰਹਿ ਗਿਆ, ਮੈਂ ਸਿੱਖਦਾ ਸੀ ਅੰਗਰੇਜ਼ੀ, ਤੂੰ ਲੀੜੇ ਸਿਆਉਣੇ ਸੀ ਸਿੱਖਦੀ, ਹੁਣ ਸ਼ਹਿਰ ਤੇਰੇ ਦੀ ਬੱਸ ਮੇਰੇ ਅੱਡੇ ਤੋਂ ਲੰਘਦੀ ਹੈ, ਵਿੱਚ ਤੂੰ ਨਹੀਂ ਦਿਸਦੀ, ਹੁਣ ਸ਼ਹਿਰ ਤੇਰੇ ਦੀ ਬੱਸ ਮੇਰੇ ਅੱਡੇ ਤੋਂ ਲੰਘਦੀ ਹੈ, ਵਿੱਚ ਤੂੰ ਨਹੀਂ ਦਿਸਦੀ, ਉਹ ਲੱਗਦਾ ਤੇਰਾ ਹੋ ਗਿਆ ਹੁਣ ਵਿਆਹ ਸੋਹਣੀਏ, ਮਿੱਟੀ ਦੇ ਵਿੱਚ ਰੁਲ ਗਏ ਮੇਰੇ ਚਾ ਸੋਹਣੀਏ। ਕਿੰਨਾ ਕਰਦਾ ਸੀ ਮੈਂ ਤੇਰਾ ਨਹੀਂ, ਤੂੰ ਭੁੱਲਦੀ ਜਾਵੇਂ ਮੇਰਾ ਨਾਂ ਸੋਹਣੀਏ, ਜਦੋਂ ਮਾੜਾ ਸਮਾਂ ਹੈ ਚੱਲਦਾ ਏ, ਫਿਰ ਨਸੀਬ ਹੁੰਦੀ ਨਾ ਜਿਤਨੀ, ਹੁਣ ਸ਼ਹਿਰ ਤੇਰੇ ਦੀ ਬੱਸ ਮੇਰੇ ਅੱਡੇ ਤੋਂ ਲੰਘਦੀ ਹੈ, ਵਿੱਚ ਤੂੰ ਨਹੀਂ ਦਿਸਦੀ। ਸਤਿ ਸ਼੍ਰੀ ਅਕਾਲ ਜੀ, ਸਕਰੋਲ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ, ਮੈਂ ਹਾਂ ਮਨਪ੍ਰੀਤ ਸਿੰਘ। ਜਿਸ ਨੌਜਵਾਨ ਤੋਂ ਤੁਸੀਂ ਸੰਗੀਤ ਸੁਣ ਰਹੇ ਹੋ, ਗਾਣਾ ਸੁਣ ਰਹੇ ਹੋ, ਇਹਦਾ ਨਾਮ ਐਲਡੀ ਬਰਾੜ ਹੈ, ਔਰ ਪਿਛਲੀ ਇੰਟਰਵਿਊ ਇਹ ਸਾਡੇ ਕੋਲ ਆਪ ਪਹੁੰਚ ਕੀਤੀ ਕਿ ਮੈਂ ਬਹੁਤ ਸਾਰੇ ਗਾਣੇ ਲਿਖਦਾ ਬਾਈ, ਅਤੇ ਮੇਰਾ ਵੀ ਕੋਈ ਇੰਟਰਵਿਊ ਕਰੋ, ਤਾਂ ਇਸ ਇੰਟਰਵਿਊ ਦੇ ਲਈ ਅਸੀਂ ਪਹੁੰਚ ਕੀਤੀ ਹੈ ਇਸ ਮੁਲਾਕਾਤ ਦੇ ਲਈ ਕਿ ਹੋਰ ਕੁਛ ਨਵਾਂ ਐਲਡੀ ਬਰਾੜ ਨੇ ਕੀ ਲਿਖਿਆ ਉਹ ਸੁਣਦੇ ਹਾਂ। ਐਲਡੀ ਬਰਾੜ ਕਿੰਨੇ ਗਾਣੇ ਲਿਖ ਦਿੰਦਾ ਇੱਕ ਦਿਨ 'ਚ? ਕੋਈ ਕਈ ਵਾਰ 10 ਵੀ ਲਿਖੇ ਜਾਂਦੇ ਆ, ਅਤੇ ਕਈ ਵਾਰ 20 ਵੀ ਲਿਖ ਲਈਦੇ ਆ ਇੱਕ ਦਿਨ 'ਚ, ਅਤੇ ਉਹਦਾ ਕਈ ਵਾਰ ਮੂਡ 'ਤੇ ਡਿਪੈਂਡ ਕਰਦਾ, ਜੇ ਥੋਟ ਮਿਲੀ ਜਾਣ ਤਾਂ ਦਿਨ 'ਚ 20 ਬਣਾ ਦੇਈਦੇ ਆ, ਨਹੀਂ ਤਾਂ ਕਈ ਕਈ ਵਾਰ ਮਹੀਨਾ ਮਹੀਨਾ ਗਾਣੇ ਨਹੀਂ ਬਣਦਾ। ਕਿੰਨੇ ਕੁ ਲਿਖਤੇ ਹੁਣ ਤੱਕ? ਘੱਟ ਤੋਂ ਘੱਟ 8-10 ਹਜ਼ਾਰ ਗਾਣੇ ਲਿਖੇ ਹੋਣਗੇ ਕਾਪੀਆਂ 'ਤੇ। 10 ਹਜ਼ਾਰ? ਹਾਂਜੀ, 8-9 ਹਜ਼ਾਰ ਤਾਂ ਆਰਾਮ ਨਾਲ ਹੋਣਗੇ। ਐਲਡੀ ਬਰਾੜ, ਆਪਾਂ ਪਿਛਲੀ ਵਾਰੀ ਵੀ ਮਿਲੇ ਸੀ, ਤੁਸੀਂ ਕਿਹਾ ਕਿ ਮੈਂ ਜਿਹੜੇ ਮੇਰੇ ਨਾਲ ਬੀਤਦਾ ਉਹੀ ਲਿਖਦਾ, ਇਹ ਬੱਸ ਵਾਲੀ ਕਹਾਣੀ ਵੀ ਬੀਤੀ ਹੈ ਤੁਹਾਡੇ ਨਾਲ, ਇਹ ਦੁੱਖ ਹੈ ਇਹ? ਹਾਂਜੀ ਹਾਂਜੀ, ਇਹ ਹੱਡ ਬੀਤੀ ਹੈ ਜੀ, ਪਿਛਲੇ ਸਾਲ ਦੀ ਹੈ ਜੀ, ਮੇਰੇ ਨਾਲ ਹੋਈ ਸੀਗੀ, ਕੋਈ ਬੈਸਟ ਫਰੈਂਡ ਸੀਗੀ, ਉਹ ਦਿਖਣੋਂ ਅਟ ਗਈ ਸੀ ਬੱਸ 'ਚ, ਪਿਆਰ ਹੀ ਸੀ ਇੱਕ ਤਰ੍ਹਾਂ ਦਾ ਆਪਣਾ। ਹਾਂਜੀ, ਫਿਰ ਉਹੀ ਆਪਾਂ ਜਿਹੜਾ ਆਪਣੇ ਨਾਲ ਬੀਤਿਆ ਆਪਾਂ ਉਹੀ ਲਿਖਿਆ। ਔਰ ਫਿਰ ਉਹ ਬੱਸ 'ਚ ਕਿਉਂ ਦਿਖਣੋਂ ਹਟ ਗਈ ਬੈਸਟ ਫਰੈਂਡ ਤੁਹਾਡੀ? ਉਹ ਬਾਹਰ ਚਲੀ ਗਈ ਫਿਰ। ਤਾਂ ਫਿਰ ਬਾਹਰ 'ਤੇ ਵੀ ਕੋਈ ਗਾਣਾ ਲਿਖਿਆ ਤੁਸੀਂ? ਹਾਂਜੀ ਹਾਂਜੀ, ਫਿਰ ਬਾਹਰ 'ਤੇ ਵੀ ਲਿਖਿਆ ਸੀਗਾ ਜੀ, ਉਹ ਤੁਹਾਨੂੰ ਸੁਣਾ ਦਿੰਦੇ ਜੀ। ਉਹ ਛੱਡ ਗਈ ਛੜਾ ਕੇ ਮੇਰਾ ਹੱਥ ਬੱਲੀਏ, ਲੈ ਕੇ ਤੁਰ ਗਈ ਤੂੰ ਬੈਂਡ ਸੱਤ ਬੱਲੀਏ, ਉਹ ਆਪ ਤਾਂ ਤੂੰ ਸਰੀ ਵਿੱਚ ਮੌਜਾਂ ਮਾਰਦੀ, ਉਹ ਖੇਤ ਵਿੱਚ ਰੁਲੀ ਜਾਂਦਾ ਜੱਟ ਬੱਲੀਏ, ਟਰੱਸਟ ਕਰਕੇ ਮੈਂ 25 ਲੱਖ ਲਾਇਆ ਸੀ, ਜ਼ਮੀਨ ਵੇਚ ਕੇ ਮੈਂ 25 ਲੱਖ ਲਾਇਆ ਸੀ, ਉਹਦੇ ਦਿਲ ਉੱਤੇ ਛਾਉਣ ਵਾਸਤੇ, ਉਹ ਕੱਚੇ ਕੋਠਿਆਂ ਵਾਲੇ ਹੀ ਯਾਦ ਕਿੱਥੇ ਕਰਦੀ, ਗਈ ਹੈ ਕਨੇਡਾ ਪੱਕੀ ਹੋਣ ਵਾਸਤੇ, ਕੱਚੇ ਕੋਠਿਆਂ ਵਾਲੇ ਹੀ ਯਾਦ ਕਿੱਥੇ ਕਰਦੀ, ਗਈ ਹੈ ਕਨੇਡਾ ਪੱਕੀ ਹੋਣ ਵਾਸਤੇ।
ਹੋਰ ਵੀ ਇਹਦਾ ਕੋਈ ਅੰਤਰਾ ਲਿਖਿਆ ਤੁਸੀਂ? ਹਾਂਜੀ ਹੋਰ ਵੀ ਲਿਖਿਆ ਸੀ, ਕਹਿੰਦਾ ਅੱਜ 11 ਨਾਲ ਉਹਨੂੰ ਵੇਖਿਆ ਕਲੱਬ 'ਚ, ਉਹ ਗਿਣਿਆ ਨਹੀਂ ਸੀ ਕਦੇ ਉਹਨੂੰ ਸਭ 'ਚ, ਜੇ ਇੱਥੇ ਹੁੰਦੀ ਗੋਲੀ ਹੀ ਮਾਰ ਦੇਣੀ ਸੀ, ਉਹ 24 ਘੰਟੇ ਰੱਖਦਾ ਮੈਂ ਕੌੜਾ ਡੱਬ 'ਚ, ਉਹ ਕਿੰਨਾ ਕੁਝ ਖੋਇਆ ਹਾ ਯਾਰ ਨੇ ਉਹਨੂੰ ਆਪਣੀ ਬਣਾਉਣ ਵਾਸਤੇ, ਉਹ ਕੱਚੇ ਕੋਠਿਆਂ ਵਾਲੇ ਹੀ ਯਾਦ ਕਿੱਥੇ ਕਰਦੀ, ਗਈ ਹੈ ਕੈਨੇਡਾ ਪੱਕੀ ਹੋਣ ਵਾਸਤੇ। ਚਲੋ ਇਹ ਤਾਂ ਹੁਣ ਤੁਹਾਡੀ ਬੈਸਟ ਫਰੈਂਡ ਦੀ ਮਰਜ਼ੀ ਹੈ ਕਿ 25 ਲੱਖ ਲਾਇਆ ਵੀ ਹੈ ਤੁਸੀਂ ਕਿ ਸਿਰਫ ਗਾਣੇ 'ਚ ਪਾਇਆ? ਗਾਣੇ 'ਚ ਪਾਇਆ, ਇਹ ਪਾਉਣੇ ਪੈਂਦੇ? ਹਾਂ ਪਾਉਣੇ ਪੈਂਦੇ ਆ। ਅਤੇ ਇੱਕ ਹੋਰ ਗੱਲ ਦੱਸੋ, ਅੱਜ ਵੀ ਬੜੇ ਤਿਆਰ ਤਿਉਰ ਹੋਏ ਹੋ, ਸ਼ਰਟ ਵੀ ਨਵੀਂ ਆ, ਐਨਕਾਂ ਵੀ ਤਕੜੀਆਂ ਲਾਈਆਂ, ਇਹ ਮੈਂ ਅੱਗੇ ਤਾਂ ਕਹਿੰਦੇ ਦੇਖਿਆ ਨਹੀਂ, ਐਲਡੀ ਬਰਾੜ ਨੂੰ ਮੈਨੂੰ ਰੋਜ਼ ਮਿਲਦਾ। ਹਾਂਜੀ ਅੱਜ ਬੈਸਟ ਫਰੈਂਡ ਨੇ ਬੁਲਾਇਆ ਸੀ ਮਿਲਣ ਲਈ, ਇਸੇ ਕਰਕੇ ਰੈਡੀ ਸ਼ੈਡੀ ਹੋ ਕੇ ਐਨਕਾਂ ਨੂੰ ਕੱਲਾ ਕੇ ਉਹਨੂੰ ਮਿਲਣ ਆਏ ਸੀਗੇ। ਅੱਜ ਬੈਸਟ ਫਰੈਂਡ ਕਿਹੜੀ ਹੈ? ਨਹੀਂ ਵੈਸੇ ਆ ਜਸਟ ਫਰੈਂਡ ਹੁੰਦਾ ਕਿ ਕੁੜੀ ਹੈ? ਨਹੀਂ ਕੁੜੀ ਹੈ ਜੀ। ਅਤੇ ਫਿਰ ਬੈਸਟ ਫਰੈਂਡਾਂ ਦੇ ਤਾਂ ਪਹਿਲਾਂ ਤੁਸੀਂ ਦਰਦ ਖੜਾ ਰਹੇ ਹੋ, ਅਤੇ ਹਜੇ ਮੁੱਕਿਆ ਨਹੀਂ? ਨਹੀਂ ਨਹੀਂ ਵੈਸੇ ਬੁਲਾਇਆ ਸੀ, ਕਹਿੰਦੀ ਮਿਲਣਾ ਜੀ, ਫਿਰ ਆਪ ਹਾਂਜੀ ਫਿਰ ਤਿਆਰ ਤਿਉਰ ਹੋ ਕੇ ਜਾ ਰਹੇ ਹਾਂ। ਹਾਂਜੀ ਤਾਂ ਕਰਕੇ ਤਿਆਰ ਹੋ ਕੇ ਸਵੇਰੇ ਬੁਲਾਇਆ ਸੀਗਾ ਜੀ। ਕੱਲ੍ਹ ਬਣੂਗਾ ਹੈ ਨਹੀਂ ਕੋਈ, ਹੋ ਜਾ ਨਹੀਂ ਸੋਚਿਆ? ਨਹੀਂ ਨਹੀਂ ਆਪਾਂ ਦੇ ਵੱਲੋਂ ਤਾਂ ਹੁੰਦਾ ਹੀ ਹੈ ਜੀ, ਪਰ ਅਗਲੇ ਵੱਲੋਂ ਹੁੰਦਾ ਨਹੀਂ ਗਾ ਜੀ। ਅਗਲੇ ਵੱਲੋਂ ਨਹੀਂ ਹੁੰਦਾ? ਹਾਂਜੀ ਹਾਂਜੀ ਉਹ ਅਗਲੇ ਦੀ ਮਰਜ਼ੀ ਵੀ ਹੈ। ਚਲੋ ਜਿਹਨੇ ਆਉਣਾ ਆ ਜਾਣਾ, ਜਿਹਨੇ ਨਹੀਂ ਆਉਣਾ ਉਹ ਅਗਲੇ ਦੀ ਮਰਜ਼ੀ ਹੈ ਜੀ, ਆਪਣੇ ਮੁੰਡਿਆਂ ਦਾ ਆਹੀ ਹੁੰਦਾ ਜੀ। ਇਹ ਤਾਂ ਸੱਚ ਬੋਲ ਰਿਹਾ, ਬਹੁਤ ਮੁੰਡੇ ਬੋਲਦੇ ਵੀ ਨਹੀਂ ਸੱਚ ਕੇ, ਹੈਨਾ? ਹਾਂਜੀ ਹਾਂਜੀ ਮੁੰਡੇ ਆਪਣੇ ਮੁੰਡਿਆਂ ਵੱਲੋਂ ਤਾਂ ਹੁੰਦਾ ਹੀ ਹੈ ਜੀ, ਹਰੇਕ ਕੁੜੀ ਨਾਲ ਹੀ ਹੋ ਜਾਂਦਾ ਜੀ। ਨਹੀਂ ਪਰ ਇੱਕ ਨਾਲ ਹੀ ਹੋਣਾ ਚਾਹੀਦਾ ਮੈਨੂੰ ਲੱਗਦਾ, ਹੈਨਾ? ਹਾਂਜੀ ਇੱਕ ਨਾਲ ਹੋਣਾ ਚਾਹੀਦਾ। ਕੀ ਕਹਿੰਦਾ ਥੋਟ ਪ੍ਰੋਸੈਸ ਕੀ ਕਹਿੰਦਾ ਫਿਰ ਗਾਣੇ ਲਿਖਣ ਵਾਲੇ ਮੁੰਡੇ ਦਾ? ਹਾਂਜੀ ਆਪਾਂ ਬਸ ਲਿਖੀ ਜਾਂਦੇ ਹਾਂ ਜਿਹੜੀ ਚੀਜ਼ ਆਪਣੇ ਨਾਲ ਹੋ ਰਹੀ ਹੈ, ਹੁਣ ਅੱਜ ਹੋਰ ਲਿਖ ਦਾਂਗੇ, ਜਿਹੜਾ ਅੱਜ ਸਟੋਰੀ ਆਪਣੇ ਦੇ ਬੀਤੀ ਹੈ, ਸਵੇਰੇ ਮਿਲੇ ਹਾਂ, ਕਿੱਦਾਂ ਮਿਲੇ ਹਾਂ, ਉਹੀ ਚੀਜ਼ ਲਿਖਾਂਗੇ ਜਾ ਕੇ ਹੁਣ ਕਰੇ। ਰੋਮੈਂਟਿਕ ਲਿਖਦੇ ਹੋ, ਸੈਡ ਲਿਖਦੇ ਹੋ, ਦੁੱਖ ਲਿਖ ਦੁੱਖ ਵਾਲੇ ਲਿਖਦੇ ਹੋ, ਚੱਕਵੇਂ ਵੀ ਤੁਸੀਂ ਲਿਖਦੇ ਹੋ, ਮੈਂ ਦੇਖਿਆ ਤੁਹਾਡੇ ਗਾਣੇ ਪਹਿਲਾਂ ਵੀ, ਇਹੋ ਜਿਹੇ ਲਿਖਦੇ ਹੋ ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹਾ ਲਿਖਦੇ ਹੋ? ਹਾਂਜੀ ਹਾਂਜੀ ਜਿਵੇਂ ਮੂਡ ਹੁੰਦਾ ਡਿਪੈਂਡ ਕਰਦਾ ਉੱਦਾਂ ਹੀ ਬਣਾ ਦਿੰਦੇ ਹਾਂ। ਹੁਣ ਚੱਕਵਾਂ ਇੱਕ ਗਾਣਾ ਲਿਖਿਆ ਸੀ, ਕਹਿੰਦਾ ਉਹ ਲੰਘਦਾ ਤੂੰ ਸਾਨੂੰ ਅੱਖਾਂ ਕਿਉਂ ਦਿਖਾ ਕੇ ਓਏ, ਭੇਜਾਂਗੇ ਤੈਨੂੰ ਅਸੀਂ ਮੋਰਖ ਬਣਾ ਕੇ ਓਏ, ਹਰੇਕ ਨਾਲ ਸਿੰਘ ਤੂੰ ਫਸਾਈ ਜਾਂਦਾ ਹੀ, ਰੱਖਿਆ ਨਹੀਂ ਤੈਨੂੰ ਫੈਮਿਲੀ ਨੇ ਸਮਝ ਜਾ ਕੇ ਓਏ, ਸਾਨੂੰ ਐਵੇਂ ਛੋਟਿਆ ਚੈਲੰਜ ਨਾ ਕਰੀ, ਸਾਨੂੰ ਐਵੇਂ ਛੋਟਿਆ ਚੈਲੰਜ ਨਾ ਕਰੀ, ਬੋੜਾਂ ਥੱਲੇ ਨਹੀਂ ਉਹ ਕਦੇ ਬੋੜੇ ਉੱਗਦੇ, ਸਾਡੇ ਨਾਲ ਵੈਰ ਨਾ ਤੂੰ ਪਾਲੀ ਛੋਟਿਆ, ਚੰਗੇ ਲੱਗਣੇ ਨਹੀਂ ਮਾਪੇ ਤੇਰੇ ਫੁੱਲ ਚੁਗਦੇ, ਸਾਡੇ ਨਾਲ ਵੈਰ ਨਾ ਤੂੰ ਪਾਲੀ ਛੋਟਿਆ, ਚੰਗੇ ਲੱਗਣੇ ਨਹੀਂ ਮਾਪੇ ਤੇਰੇ ਫੁੱਲ ਚੁਗਦੇ। ਬਾਲਾ ਚੱਕਵਾਂ ਲਿਖਤਾ ਤੁਸੀਂ। ਇੱਕ ਹੋਰ ਲਿਖਿਆ ਸੀ ਕੁਛ ਨਾਗਣੀ ਕਾ ਕੁਛ ਇਹੋ ਜਿਹਾ, ਕੋਈ ਰਾਜਸਥਾਨ ਤੋਂ ਤੁਸੀਂ ਰਹਿਣ ਵਾਲੇ ਹੋ ਤਾਂ ਫਿਰ ਉੱਧਰ ਤਾਂ ਲੀਗਲ ਆ ਪੰਜਾਬ 'ਚ ਖੇਤੀ ਖੁਤੀ ਹੁੰਦੀ ਨਹੀਂ, ਉਹ ਕਿਹੋ ਜਿਹਾ ਗਾਣਾ ਸੀਗਾ? ਉਹ ਵੀ ਬੀਕਾਨੇਰ 'ਤੇ ਲਿਖਿਆ ਸੀ ਜੀ, ਉਹ ਥੋੜ੍ਹਾ ਇੱਕ ਮਿੰਟ ਥੋੜ੍ਹਾ ਇੱਕ ਹੋਰ ਲਿਖਿਆ ਸੀ ਤੁਸੀਂ ਲੱਭ ਲਓ ਉਹਨਾਂ ਚਿਰ ਯਾਦ ਕਰ ਲਓ। ਇੱਕ ਇਹ ਵੀ ਹੋਇਆ ਤੁਹਾਡੇ ਨਾਲ ਕਿ ਉਹਨਾਂ ਚਿਰ ਗਾਣਾ ਲੱਭੋ ਤੁਸੀਂ, ਇਹ ਵੀ ਹੋਇਆ ਕਿ ਤੁਹਾਡੇ ਗਾਣੇ ਕਿਸੇ ਸਿੰਗਰ ਨੇ ਲਏ ਵੀ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ, ਫਿਰ ਤੁਹਾਨੂੰ ਉਹਦਾ ਮਿਹਨਤਾਨਾ ਵੀ ਨਹੀਂ ਮਿਲਿਆ, ਰਿਕਾਰਡ ਹੋਏ ਕਿ ਨਹੀਂ ਹੋਏ, ਕਿੱਧਰ ਗਏ ਉਹ ਪਤਾ ਵੀ ਨਹੀਂ ਲੱਗਿਆ ਹੈ ਜੀ? ਪਿਛਲੇ ਸਾਲ 2022 ਦੀ ਗੱਲ ਆ, 2022 'ਚ ਮੈਂ ਕਿਸੇ ਨੂੰ ਭੇਜੇ ਸੀ ਗਾਣੇ, 3-4 ਭੇਜਤੇ ਸੀ ਬਿਨਾਂ ਸੋਚੇ, ਕਿਸੇ ਨੂੰ ਪੁੱਛਿਆ ਕੀਤਾ ਨਹੀਂ, ਉਹੀ ਭੇਜਤੇ, ਹਾਂ ਬਈ ਅੱਜ ਕਰਨੇ ਹਾਂ ਕੱਲ੍ਹ ਕਰਦੇ ਹਾਂ, ਕਰੀ ਗਏ ਲਾਰੇ ਲਾਈ ਗਏ, ਠੀਕ ਹੈ ਜੀ। ਉਦੋਂ ਬਾਅਦ ਹੁਣ ਪਹਿਲਾਂ ਆਪਦੇ ਇੰਸਟਾਗ੍ਰਾਮ ID 'ਤੇ ਪਾਏ ਗਾਣੇ, ਉਦੋਂ ਬਾਅਦ ਡਿਲੀਟ ਕਰਤੇ ਬੰਦੇ ਨੇ, ਪਤਾ ਨਹੀਂ ਕੀ ਦਿੱਕਤ ਹੋਈ, ਪਤਾ ਨਹੀਂ ਗਾਂਹ ਸੇਲ ਕੀਤੇ ਆ ਕਿ ਨਹੀਂ, ਆਪਾਂ ਨੂੰ ਕੋਈ ਮੁੱਲ ਨਹੀਂ ਦਿੱਤਾ, ਇਸੇ ਕਰਕੇ ਹੁਣ ਤਾਂ ਆਪ ਗਾਉਣ ਲੱਗ ਗਏ ਭਾਅ ਜੀ, ਹੁਣ ਤਾਂ ਆਪ ਹੀ ਗਾਵਾਂਗੇ। ਹੁਣ ਮੰਨ ਲਓ ਤੁਸੀਂ ਕੋਈ ਚੰਗੇ ਵੀ ਹੁੰਦੇ ਆ ਮੁੰਡੇ, ਚਲੋ ਸ਼ਾਇਦ ਅਗਲੇ ਦੀ ਕਿਸੇ ਦੀ ਮਜਬੂਰੀ ਰਹੀ ਹੋਵੇ, ਤੁਹਾਡੇ ਕੋਲ ਗਾਣਾ ਲੈਣਾ ਹੋਵੇ ਫਿਰ ਕੀ ਤੁਸੀਂ ਉਹ ਤੋਂ ਪੈਸੇ ਲਓਗੇ, ਕੀ ਹਿਸਾਬ ਰੱਖਿਆ ਕੀ ਆ ਭਾਅ ਜੀ? ਜੇ ਵਧੀਆ ਬੰਦਾ ਹੋ ਗਿਆ ਆਪਾਂ ਫ੍ਰੀ ਵੀ ਦੇ ਦਿੰਦੇ ਹਾਂ ਗਾਣਾ, ਕਿ ਬਸ ਗਾਣੇ ਵਿੱਚ ਨਾਮ ਆ ਜਾਵੇ ਆਪਣਾ। ਬਟ ਹੁਣ ਇੱਕ ਚੀਜ਼ ਹੋਰ ਕਰਨ ਲੱਗੇ ਆਪਾਂ, ਜੇ ਗਾਣਾ ਆਪਾਂ ਆਪਦਾ ਲਿਖਿਆ ਦੇਵਾਂਗੇ, ਇੱਕ ਪੈਰਾ ਆਪਾਂ ਆਪ ਗਾਵਾਂਗੇ ਹੁਣ,
ਆ ਚੀਜ਼ ਸੋਚ ਰੱਖੀ ਆ ਜੀ। ਪਰ ਤੁਸੀਂ ਕੀ ਆ ਲੇਟੈਸਟ ਕੀ ਲਿਖਿਆ ਉਹ ਸੁਣਾਓ। ਜਿਵੇਂ ਆ CNG ਗੱਡੀ 'ਤੇ ਲਿਖਿਆ ਸੀਗਾ ਨਾ, ਉਹ ਸਾਡੀ ਕਰਦੇ ਆ ਰੀਸ, ਸਾਡੇ ਇਹ ਬਰਾਬਰ ਨਹੀਂ ਹੋਣਾ, ਇਹ ਬੋਲਦੇ ਆ ਸਾਡਾ ਕੰਮ ਕਰਕੇ ਦਿਖਾਉਣਾ, ਅੱਜ ਉਹੀ ਰੱਸੀਆਂ ਫਾਹ ਬਣੀਆਂ, ਮੈਂ ਚੰਗੀ ਤਰ੍ਹਾਂ ਨਾਲ ਇਹ ਕਸੀਆਂ ਸੀ ਦਾਉਣਾ, ਦਾਨ ਤਾਂ ਬਥੇਰਾ ਇਹ ਕਰੀ ਜਾਂਦੇ ਆ, ਦਾਨ ਤਾਂ ਬਥੇਰਾ ਇਹ ਕਰੀ ਜਾਂਦੇ ਆ, ਇਮੇਜ ਸਾਡੇ ਜੀ ਇਹਨਾਂ ਤੋਂ ਬਣਾਈ ਨਹੀਂ ਜਾਂਦੀ, ਸਾਲੇ ਸਾਡੇ ਵਾਂਗੂ ਫਿਰਦੇ ਭਜਾਉਂਦੇ ਗੱਡੀਆਂ, CNG ਗੱਡੀ ਦੀ ਪਵਾਈ ਨਹੀਂ ਜਾਂਦੀ, ਸਾਲੇ ਸਾਡੇ ਵਾਂਗੂ ਫਿਰਦੇ ਭਜਾਉਂਦੇ ਗੱਡੀਆਂ, CNG ਗੱਡੀ ਦੀ ਪਵਾਈ ਨਹੀਂ ਜਾਂਦੀ। ਇਹ ਕਿੱਥੋਂ ਥੋਟ ਆਇਆ ਤੁਹਾਡੇ? CNG ਤਾਂ ਬਹੁਤ ਚੱਲਦੀਆਂ, ਮੁੰਡੇ ਚਲਾਉਂਦੇ ਆ ਨਾ। ਹਾਂ, ਉਹ ਕੋਲ ਦੀ ਗੱਡੀ ਟੱਪੀ ਸੀਗੀ, ਵੈਸੇ ਹੀ ਦਿਮਾਗ 'ਚ ਮੈਂ ਕਿਹਾ ਇਸ 'ਤੇ ਕੁਛ ਲਿਖੇ ਨਵੀਂ ਚੀਜ਼। ਰੋਮੈਂਟਿਕ ਦੇ ਸਾਈਡ ਕੀ ਆ ਹੋਰ ਤੁਹਾਡੇ ਕੋਲ, ਰੋਮੈਂਟਿਕ ਟੱਚ ਕੀ ਆ? ਰੋਮੈਂਟਿਕ ਭਾਅ ਜੀ ਤੁਸੀਂ ਲੱਭ ਸਕਦੇ ਹੋ, ਕੋਈ ਗੱਲ ਨਹੀਂ, ਅਸੀਂ ਵੇਟ ਕਰ ਸਕਦੇ ਹਾਂ, ਤੁਸੀਂ ਲੱਭ ਸਕਦੇ ਹੋ ਰੋਮੈਂਟਿਕ ਸਾਈਡ ਕੁਛ ਵੀ। ਦੋ ਗਾਣੇ ਹੋਰ ਤੁਹਾਡੇ ਦਿਲ ਦੇ ਨੇੜੇ ਜਿਹੜੇ ਤੁਸੀਂ ਸੁਣਾਓ। ਔਰ LD ਬਰਾੜ ਜੀ ਜੀ ਚਲੋ ਜੀ, ਇੱਕ ਵੈਸੇ ਲਿਖਿਆ ਸੀਗਾ, ਬਹੁਤ ਟਾਈਮ ਪਹਿਲਾਂ ਲਿਖਿਆ, 3-4 ਸਾਲ ਪਹਿਲਾਂ। ਉਹ ਗਾਨੀ ਦਿੱਤੀ ਸੀ ਪਿਆਰਾਂ ਵਾਲੀ ਸੋਹਣੀਏ, ਗਾਨੀ ਦਿੱਤੀ ਸੀ ਪਿਆਰਾਂ ਵਾਲੀ ਸੋਹਣੀਏ ਨੀ ਵੇਖੀ ਕਿਤੇ ਮੋੜ ਨਾ ਦਈ, ਉਹ ਕੱਚ ਦੇ ਆ ਦਿਲ ਸਾਡਾ ਸੋਹਣੀਏ ਨੀ ਵੇਖੀ ਕਿਤੇ ਤੋੜ ਨਾ ਦਈ, ਉਹ ਕੱਚ ਦੇ ਆ ਦਿਲ ਸਾਡਾ ਸੋਹਣੀਏ ਨੀ ਦੇਖੀ ਕਿਤੇ ਤੋੜ ਨਾ ਦਈ, ਉਹ ਮੰਨਦਿਆਂ ਤੈਨੂੰ ਜਿੰਦ ਜਾਣੇ ਆਪਣੀ, ਉਹ ਤੈਨੂੰ ਹੀ ਬਣਾਉਣਾ ਲਿਆ ਠਾਣ ਆਪਣੀ, ਹੋਰਾਂ ਵਾਂਗੂ ਟਾਈਮ ਪਾਸ ਕਰਦਾ ਨੀ ਮੁੰਡਾ, ਉਹ ਤੈਨੂੰ ਹੀ ਵਿਆਉਣਾ ਹਾਂ ਜ਼ੁਬਾਨੇ ਆਪਣੀ, ਜਦੋਂ ਨਾਲ ਹੁੰਦੇ ਗਿੱਲ ਅਤੇ ਸਰਾਣੀ, ਜਦੋਂ ਨਾਲ ਹੁੰਦੇ ਗਿੱਲ ਅਤੇ ਸਰਾਣੀ, ਫਿਰ ਬਰਾੜ ਹੋਣੀ ਕਿੱਥੇ ਹਾਰਨੇ, ਤੂੰ ਕਾਹਦਾ ਮਿੱਤਰਾਂ ਤੋਂ ਫੁੱਲ ਫੜਿਆ, ਨੀ ਪੈ ਗਏ ਬੈਰੀਆਂ ਦੇ ਫੁੱਲ ਤਾਰਨੇ, ਤੂੰ ਕਾਹਦਾ ਮਿੱਤਰਾਂ ਤੋਂ ਫੁੱਲ ਫੜਿਆ, ਨੀ ਪੈ ਗਏ ਬੈਰੀਆਂ ਦੇ ਫੁੱਲ ਤਾਰਨੇ, ਉਹ ਬੇਬੇ ਬਾਪੂ ਘੜਾ ਸਾਥ ਦਿੰਦੇ ਮੇਰਾ ਤਿੰਨ, ਉਹ ਕੋਈ ਨਹੀਂ ਕਿਸੇ ਦਾ ਇੱਥੇ ਬਣਦਾ ਕਿਨ, ਸਾਰਾ ਦਿਨ ਲਿਖ ਲਿਖ ਹੇਕਾਂ ਲਾਈ ਜਾਂਦਾ, ਉਹ ਆਥਣੇ ਜੇ ਮੁੰਡਾ ਹਲਾਉਂਦਾ ਘੁੜੇ ਜਿਮ, ਗਰੁੱਪ ਗਿੱਦੜਾਂ ਦਾ ਰੀਸ ਕਿੱਥੇ ਕਰਦਾ, ਉਹ ਚਾਲ ਜਿਹੜੀ ਬਿਲੋ ਸ਼ੇਰ ਦੀ, ਹਿੱਕਾ ਲਾਲ ਘਰੇ ਹੈ ਨੀ ਕਾਨਪੁਰ ਦੀ, ਅੱਖ ਲਾਲ ਘਰੇ ਹੈ ਨੀ ਬੀਕਾਨੇਰ ਦੀ, ਹਿੱਕਾ ਲਾਲ ਘਰੇ ਹੈ ਨੀ ਕਾਨਪੁਰ ਦੀ, ਅੱਖ ਲਾਲ ਘਰੇ ਹੈ ਨੀ ਬੀਕਾਨੇਰ ਦੀ, ਦੋਹਾਂ ਦਾ ਕਲਰ ਬਲੈਕ ਸੋਹਣੀਏ, ਕਰ ਦਿੰਦੀਆਂ ਜੱਟ ਨੂੰ ਕਰੈਕ ਸੋਹਣੀਏ, ਜਿੰਨੀ ਮਰਜ਼ੀ ਉੱਚੀ ਹੀ ਪਾਲਾ ਹਿੱਲ ਤੂੰ, ਹੋਣਾ ਨਹੀਂ ਉਹ ਸਾਡਾ ਹੈ ਮੈਚ ਸੋਹਣੀਏ, ਤੜਾ ਐਂਟੀਆਂ ਦਾ ਲੱਭੇ ਤੇਰੇ ਯਾਰ ਨੂੰ, ਹੱਥ ਆਉਣਾ ਨਹੀਂ ਉਹ ਬਿਲੋ ਲੱਗ ਜਾਣੀ ਦੇਰ ਨਹੀਂ, ਹਿੱਕਾ ਲਾਲ ਘਰੇ ਹੈ ਨੀ ਕਾਨਪੁਰ ਦੀ, ਅੱਖ ਲਾਲ ਘਰੇ ਹੈ ਨੀ ਬੀਕਾਨੇਰ ਦੀ, ਹਿੱਕਾ ਲਾਲ ਘਰੇ ਹੈ ਨੀ ਕਾਨਪੁਰ ਦੀ, ਅੱਖ ਲਾਲ ਘਰੇ ਹੈ ਨੀ ਬੀਕਾਨੇਰ ਦੀ। ਠੀਕ ਹੈ LD ਬਰਾੜ, ਫਿਰ ਕੀ ਸੋਚਿਆ ਤੁਸੀਂ, ਲੱਗਦਾ ਕਾਮਯਾਬੀ ਮਿਲੇਗੀ, ਗਾਣੇ ਤੁਹਾਡੇ ਰਿਕਾਰਡ ਹੋਣਗੇ ਆਮ ਸਿੰਗਰਾਂ ਵਾਂਗੂ, ਇਹੋ ਜਿਹਾ ਸੋਚਦੇ ਹੋ ਕੁਛ, ਕਿਵੇਂ ਸੋਚਦੇ ਹੋ? ਹਾਂਜੀ ਹਾਂਜੀ, ਸੋਚ ਤਾਂ ਰਹੇ ਹਾਂ, ਬਸ ਕੋਈ ਬਾਂਹ ਫੜੇ ਤਾਂ ਸਹੀ, ਪਰ ਕੋਈ ਨਹੀਂ, ਇਸ ਐਂਡ ਦਾ ਰੇ ਮੈਨੂੰ ਲੱਗਾ ਆਪ ਹੀ ਕਰਨਾ ਪੈ ਰਿਹਾ, ਇਸੇ ਕਰਕੇ ਹੁਣ ਅੱਜ ਲਾਡੀ ਵੀਰੇ ਕੋਲ ਜਾ ਕੇ ਆਉਣਾ। ਲਾਡੀ ਵੀਰੇ ਐਂਡ 'ਤੇ ਬੰਦਾ ਆਪਦੇ ਨਾਲ ਆਪ ਹੀ ਬੰਦਾ ਖੜ੍ਹ ਜੇ ਤਾਂ ਉਹੀ ਮਜ਼ਬੂਤ ਹੈ। ਹਾਂਜੀ ਹਾਂਜੀ, ਇਹ ਸਹੀ ਗੱਲ, ਆਪਣੇ ਲਈ ਆਪ ਨੂੰ ਤਾਂ ਖੜ੍ਹਨਾ ਹੀ, ਆਪ ਨੂੰ ਆਪ ਦਾ ਹੋਣਾ ਚਾਹੀਦਾ, ਆਪ ਨੂੰ ਕਰਨਾ ਪੈਂਦਾ ਐਂਡ ਦਾ ਡੇ ਬਾਈ। ਆਖਰ 'ਚ ਕੁਛ ਕਹਿਣਾ ਸੁਣਾਉਣਾ ਚਾਹੁੰਦੇ ਹੋ? ਬਸ ਭਾਜੀ ਠੀਕ ਹੈ ਜੀ, ਬਹੁਤ ਧੰਨਵਾਦ ਤੁਸੀਂ ਸਾਡੇ ਲਈ ਵਾਟ ਕੱਢਿਆ, ਚਲੋ ਘੈਂਟ ਬੰਦਾ LD ਬਰਾੜ। ਅਤੇ ਬਾਕੀ ਤੁਹਾਨੂੰ ਕਿੱਦਾਂ ਲੱਗੀ ਇਹ ਮੁਲਾਕਾਤ, ਤੁਸੀਂ ਵੀ ਅੱਗੇ ਜ਼ਰੂਰ ਸ਼ੇਅਰ ਕਰਿਓ, ਔਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਰੱਖਿਓ ਕਿ ਕਿਵੇਂ ਦਾ ਲਿਖਦਾ LD ਬਰਾੜ, ਜ਼ਰੂਰ ਆਪਣੇ ਸਾਰਥਕ ਭਾਸ਼ਾ ਦੇ ਵਿੱਚ ਤੁਸੀਂ ਵੀ ਟਿੱਪਣੀ ਕਰੋ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇੱਦਾਂ ਸਟਾਰ ਬਣਾਏ ਨੇ, ਤਾਂ ਕਿਉਂ ਜਿਹੜੇ ਮਿਹਨਤ ਕਰ ਰਿਹਾ ਬੰਦਾ, ਮੈਨੂੰ ਲੱਗਦਾ ਤੁਸੀਂ ਇੱਥੇ ਕਰਦੇ ਵੀ ਨੌਕਰੀ ਹੋ ਕਿਸੇ ਕੰਪਨੀ 'ਚ, ਹੈ ਨਾ? ਸਿਰਫ ਗਾਣਿਆਂ ਪਿੱਛੇ ਆਏ ਹੋ ਮੋਹਾਲੀ? ਹਾਂਜੀ ਹਾਂਜੀ, ਗਾਣਿਆਂ ਪਿੱਛੇ ਆਏ, ਤਾਂ ਸਿਰਫ ਗਾਣਿਆਂ ਦੇ ਪਿੱਛੇ ਮੋਹਾਲੀ ਆਇਆ, ਚਲੋ ਗਾਂਹ ਕਿਸਮਤ ਨੇ ਸਾਥ ਦੇਣਾ ਕਿ
ਕਿੱਡੀ ਕੁ ਵਧੀਆ ਕਲਮ ਹੈ, ਕਿਸ ਤਰ੍ਹਾਂ ਦਾ ਅੱਗੇ ਲਿਖਦੀ ਹੈ, ਅਜੇ ਯੰਗ ਉਮਰ 'ਚ ਹੈ। ਜਿਹੜੇ ਗਾਣੇ ਤੁਸੀਂ ਸੁਣੇ ਉਹ ਜਿਹੜੇ ਹੁਣ ਇਹਨਾਂ ਨੇ ਲਿਖੇ ਨੇ ਉਹ ਮੌਜੂਦਾ ਸਮੇਂ ਦੇ ਨਾਲ ਸੰਬੰਧਿਤ ਨੇ ਜਿਹੜੇ ਜਾਂ ਪਹਿਲਾਂ ਲਿਖੇ ਨੇ।